पीछे पीछे हो जाओ, पीछे हो जा। दो मिनट लगेंगे, मैं सब तो पहले पता करा भी जिन है कौन। अच्छा जी, जिन दिया मैं जिदा जानना भी जिन कौन बनू। वेरी गुड, मैं इन्हां दे खानदाना नु जानना। चल भाई, ये तो पहले ही तैयार है। आज ना कौन है तू? मैं आग लगा दूंगा। शेख रशीद? ओ नहीं नहीं, मैं जिन्ना दे खानदान जानना पुत्र। कटो 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 कटो, कौन है तू? मैं अनेर पा देंगा। आबद शेर अली? सियासी जिन्नी बढ़िया कोई नहीं, अनेरे पाए नहीं इस मुल्क दे विच। अगू वे अगू, कौन है तू? मैं तुमको छेड़ेगा नहीं। परवेज खटक? हाँ। कोई होंदे तेरी जान ही नहीं। मेरी गल सुन, तुम इस गल कर पेड़े करके यार बिगाड़ता। मेरी भैन का जिन कटते बजे गला मिलन डेया साला जड़ा उसे। तू जिन कर दू पैसे कटने। चल जाना हो पगार ते। ते क्यों रख दी उत्थे पैसे? बड़े पैसे सन, चौंती रुपये सन। सही है सारे, जो रेट होना ही होना। तेन पता है मतलब जेल किस तरह निकलते हैं? मेरी गल सुन जी, मैं बहन के जिन कढ़ रहा सा। अच्छा। सारा अमल मैं कर लिया। हाँ। ते जिन भी मैं अद्धा कढ़ लिया। हाँ। ओ मैनू ये दस सारिया, ओ केड़ा जिन जिदा जिहड़ा इत्थे बैठा है, इत्थे केड़ा जिन बणाया पगारता है? हर बंदे दा अपना तरीका हुंदा। मैं अपने जिन कन्नो फड़े तेरा पुत्र है, कन तो फड़े कटने। बकवास कर, एक झटका ज्यादा दे। इस तरह होया नहीं जी, मैं अज तू फड़े ही नहीं। मैं हाथ इथे सी जी। अच्छा। हाथ इथे सी। अच्छा। बस मैं भी इथे सा जी। जिन तो मेरा हाथ पै गया। जिन वहाँ ना। ओ तो उन फिर गल जरा लम्मी हो जासी। मैनू नहीं समझ आ रही, जिन कटो। अगर तो मेरी भैन नाल भी अगर निकल गई। अगर तुहाडे जिन है ना जी। हाँ जी। डेढ़ घंटे मैं काट देंगा। डेढ़ घंटा? एडे वड्डे बोल ना बोल। सारे अपनी सेहत वेखते, घंटे डेढ़ घंटा वेख। चलो जी, डेढ़ मिनट लगेगा। अच्छा। भी तैयारी समेत। लो जी, बगैर तैयारी तो ना जी अद्धा मिनट लगेगा। उस तो बाद 40-45 हजार रुपया मेरे ते लगेगा। तीसरा झटका अपने को लाउंदा। कोई ऐसी गल नहीं हुई। क्यों एडा
ਗਾਇਕ ਸੀ। ਅੱਛਾ ਇਹਦੀ ਮਾਂ ਇਹਦੇ ਨਾਲ ਮਰਚਾਂ ਕੁੱਟਦੀ ਰਹੀ। ਬੀਬੀ ਜੀ ਇਹਨੇ ਤੁਹਾਡੇ ਨਾਲ ਕੀਤੀ ਹੈ ਚਲਾਕੀ। ਅੱਛਾ ਮੈਂ ਤੁਹਾਨੂੰ ਕਹਿਣਾ ਮੈਂ ਝੂਠ ਨਹੀਂ ਬੋਲਦਾ। ਜੀ ਜੀ ਇਹ ਆ ਹੱਥ ਇੱਥੇ ਸੀ ਜੀ। ਅੱਛਾ ਆ ਇੱਥੇ ਸੀ। ਅੱਛਾ ਆ ਬੱਤੀਆਂ ਕਿੱਥੋਂ ਬੰਦ ਹੁੰਦੀਆਂ ਨੇ? ਕਿਉਂ ਜੀ ਜੇਨ ਕਰਨਾ ਨਾ ਤੇਂਦੇ ਚ ਬੱਤੀ ਦਾ ਕੀ ਚੱਕਰ? ਨਹੀਂ ਦੇਖੋ ਏ ਬੱਤੀ ਇਹ ਤਾਲਮੀ ਏ ਮੈਂ ਤੇ ਲੱਤਾਂ ਬੰਦੇਗਾ ਕੋਈ ਓਏ ਰੱਖੋ ਫੇ ਰੱਖੋ ਓਏ ਜੀ ਤੁਸੀਂ ਮੇਰੇ ਉੱਤੇ ਕਿਉਂ ਚੜੇ ਹੋਏ? ਤੁਸੀਂ ਉਧਰ ਕਿਉਂ? ਅੱਲਾ ਦੇ ਬੰਦੇ ਮੇਰੇ ਤੇ ਜੇਨ ਵਾੜਨਾ ਨਾ ਪਾਪਾ ਜੀ ਜੇਨ ਆਇਆ ਜੀ ਮੇਰੇ ਹਾਵਸ ਹੋ ਹੈਂ ਚਲਾਕੀ ਨਾ ਕਰਾਂ ਆਵਾਜ਼ਾਂ ਬਦਲ ਬਦਲ ਕੇ। ਮੈਂ ਜਿੰਨਾ ਦੀਆਂ ਜੱਦਾਂ ਜਾਣਨਾ ਮੈਂ ਤੇਰੇ ਵਿੱਚ ਜਿੰਨ ਛਿੱਕ ਕੇ ਬਾਹਰ ਕੱਢ ਲਵਾਂਗਾ। ਬਾਬਾ ਜੀ ਕੱਢੋ ਕੱਢੋ ਜਿੰਨ ਵੇਖੇ। ਇੱਕ ਮਿੰਟ ਠਹਿਰ ਜਾਓ, ਉੱਠ ਕੇ ਖਲੋ, ਉੱਠ ਕੇ ਖਲੋ। ਬਾਬਾ ਜੀ ਸਦੀਆਂ ਤੋਂ ਮੈਂ ਤੁਹਾਨੂੰ ਜਾਣਨਾ, ਮੱਲਿਆ ਗਲੀਆਂ 'ਚ ਫਿਰਦੇ ਹੋ, ਪਰ ਦੱਸਿਆ ਨਹੀਂ ਤੁਸੀਂ ਹੈ ਕੌਣ ਹੋ, ਕਿੰਨੇ ਭੈਣ ਭਰਾ ਹੋ ਇਸ ਕੰਮ 'ਚ ਪਏ। ਇਹ ਬੜੀ ਦੁੱਖ ਭਰੀ ਦਾਸਤਾਂ। ਚਲੋ ਰਹਿਣ ਦਿਓ। ਚਲੋ ਰਹਿਣ। ਨਹੀਂ ਕਿੰਨੇ ਭੈਣ ਭਰਾ ਹੋ? ਬਸ ਜੀ ਗੁਰਬਤ ਦਾ ਦੌਰ ਸੀ। ਅੱਛਾ ਇੱਕੋ ਕਮਰਾ ਸੀ, ਉਹਦੇ 'ਚ ਅੰਮਾ, ਉਹਦੇ 'ਚ ਅੱਬਾ, ਉਹਦੇ 'ਚ ਮੈਂ। ਹਾਂ ਉੱਥੇ ਮੈਂ ਅਮਲ ਸ਼ਮਲ ਬਚਪਨ ਤੋਂ ਕਰਦਾ ਸਾਂ। ਅੱਛਾ ਪਾਬੰਦਾ ਤੇ ਕੋਰ ਹੈ ਨਹੀਂ ਸੀ। ਕਦੇ ਕਦੇ ਮੇਰਾ ਪਿਓ ਮੈਨੂੰ ਆਖੇ ਜਾ 5 ਰੁਪਏ ਦੀ ਬਰਫ਼ ਲਾਇਆ। ਅੱਛਾ ਪੰਜਵੇਂ ਪਿੰਡ ਇੱਥੇ ਫੱਟਾ ਸੀ ਬਰਫ਼ ਦਾ, ਆਉਂਦੇ ਆਉਂਦੇ ਅੱਧੀ ਤੇ ਖੁਰ ਜਾਂਦੀ ਸੀ, ਉਹ ਫੇਰ ਮੈਨੂੰ 5 ਦਾ ਨੋਟ ਦੇਵੇ। ਬਸ ਬਰਫ਼ ਲਿਆਉਣ ਲਿਜਾਣ ਦੇ ਚੱਕਰ 16 ਭੈਣ ਭਰਾ ਹੋਏ ਜੀ। ਮਾਸ਼ਾਅੱਲਾ ਤੁਹਾਡੀ ਸ਼ਾਦੀ ਹੋਈ ਹੋਈ ਹੈ? ਸ਼ਾਦੀ ਹੋਈ ਹੈ, ਅੱਲਾ ਦਾ ਸ਼ੁਕਰ ਅਦਾ ਕਰਿਆ ਕਰ। ਸ਼ੁਕਰ। ਕਿੰਨੇ ਬੱਚੇ ਨੇ? ਬੱਚਾ ਕੋਈ ਨਹੀਂ। ਓਏ ਜਾ 5 ਰੁਪਏ ਦੀ ਬਰਫ਼ ਲਾਇਆ। ਫਰਨੀਚਰ ਪਾਲਿਸ਼ ਕਰਨ ਆਇਆ, ਨਾਰਮਲ ਹੋ ਗਈ ਹੈ, ਵੇਖ ਜੇ ਨਿਕਲ ਗਿਆ ਅੰਦਰ ਚੋਂ ਨਿਕਲ ਕੇ ਤੇਰੇ 'ਚ ਵੜ ਗਿਆ। ਮੈਂ ਤੁਹਾਨੂੰ ਨਹੀਂ ਛੋੜੂੰਗੀ ਸ਼ੀਰੀ ਮਜ਼ਾਰੀ, ਮੈਂ ਤੁਹਾਨੂੰ ਕੱਚਾ ਖਾਊਂਗੀ। ਤੂੰ ਮੈਨੂੰ ਜਾਣਦੀ ਨਹੀਂ, ਮੈਂ ਕਿਹਾ ਸਾ ਡੇਂਜਰਸ ਆਮਲ ਆ। ਮੈਂ ਹੁਣ ਵੀ ਇੰਜ ਕੀਤਾ ਹੋਇਆ ਤੈਨੂੰ, ਮੈਂ ਹੁਣੇ ਤੈਨੂੰ ਘੜ ਦਿਆਂਗਾ। ਇਹ ਕਈ ਜਿੰਨ ਜਿਹੜੇ ਹੁੰਦੇ ਨੇ ਨਾ, ਇਹ ਲਿੱਤਰਾਂ ਦੇ ਕਾਬਲ ਹੁੰਦੇ ਨੇ। ਮੈਨੂੰ ਕਿਉਂ ਮਾਰ ਰਹੇ ਹੋ? ਤੈਨੂੰ ਨਹੀਂ ਮਾਰ ਰਿਹਾ, ਜਿੰਨ ਨੂੰ ਮਾਰ ਰਿਹਾ। ਨਿਕਲ ਗਿਆ ਨਿਕਲ ਗਿਆ। ਇਹ ਪੁੱਤਰ ਤੇਰੇ ਮੁਕੱਦਰ ਚੰਗੇ ਨੇ, ਇਹ ਹਲੇ ਮੈਂ ਤੱਤਾ ਕਰਨਾ ਸੀ। ਕੋਈ ਨਵਾਂ ਬੈਰਿੰਗ ਪਵਾਓ, ਇਹਦੀ ਦੌਣ ਤਾਂ ਢਿੱਲੀ ਹੋ ਗਈ। ਹਾਂਜੀ ਗੱਲ ਸੁਣੋ, ਇਹ ਗੱਲ ਮੈਂ ਕਿਹਾ ਖਤਰਨਾਕ ਏ, ਮੈਨੂੰ ਆਪਣੇ ਮੋਕਲ ਬੁਲਾਣੇ ਪੈਣੇ। ਤੇ ਤੁਹਾਡੇ ਮੋਕਲ ਕਿੱਥੇ ਨੇ? ਮੇਰੇ ਮੋਕਲ ਅਸਮਾਨਾਂ ਦੇ ਵਿੱਚ ਨੇ। ਅੱਛਾ ਜੀ। ਜ਼ਮੀਨਾਂ ਦੇ ਵਿੱਚ ਨੇ। ਅੱਛਾ ਜੀ। ਮੈਂ ਅਮਲ ਕਰਾਂਗਾ ਤੇ ਬਾਹਰ ਆ ਜਾਵਾਂਗੇ। ਬੁਲਾ ਲੈਂਦੇ ਹੋ? ਹਾਂ ਬੁਲਾ ਲਓ ਫਿਰ ਉਹਨਾਂ। ਆ ਹੁਣੇ ਆ ਰਹੇ, ਥੋੜੇ ਜਿਹੇ ਪਿੱਛੇ ਹੋ ਜਾ, ਥੋੜੇ ਜਿਹਾ ਹੋਰ ਪਿੱਛੇ।
लापड़ जी मौका बुला रहा है तीन घंटे की लापड़ चिकी खत्म कर दी बीबी बुला सु बुलाना ने के नहीं मुसादला थोड़ी जी बच्ची हो जा आइला 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 थोड़ी जी क्यों लापड़ जी की गुडलु चंगन बोल चरण तीसरी